पातरा से चुनागरा जाने वाली लिंक सड़क की हालत पिछले 5 साल से खस्ता है। दर्जन गांवों को जोड़ने वाली करीब 1.5 किलोमीटर सड़क हल्की बारिश होने पर दलदल बन जाती है, जिससे राहगीरों खासकर छात्रों व बुजुर्गों को सबसे अधिक परेशानी होती है। सरकारी मॉडल सीनियर सेकेंडरी स्कूल चुनागरा आने जाने वाले विद्यार्थियों को पानी से गुजरना पड़ता है। कई बार पानी में गिर जाने के कारण स्कूल ड्रेस खराब होने के कारण उनको वापस घर लौटना पड़ता है। हरसिमरत कौर ने इस सड़क की हालत पर समय की सरकारों पर सवाल उठाते कहा कि चुनाव के समय लोगों से बड़े बड़े वादे किए जाते हैं। इस सड़क को पहल के आधार पर बनाने का किया वादा पूरा नहीं हुआ। पाटना से सतपाल गर्ग की रिपोर्ट। ਕਈ ਸਾਲਾਂ ਤੋਂ ਖਰਾਬ ਹੈ ਅੰਕਲ ਜੀ, ਬਣ ਨਹੀਂ ਰਹੀ। ਬਥੇਰੀ ਵਾਰ ਮਤਲਬ ਇੱਥੇ ਬਹੁਤ ਸਾਰੇ ਰਿਪੋਰਟਰ ਆ ਚੁੱਕੇ ਨੇ ਜਿਨ੍ਹਾਂ ਨੇ ਕਹਿ ਚੁੱਕੇ, ਬਟ ਇਹ ਬਣ ਨਹੀਂ ਰਹੀ ਕਾਫੀ ਟਾਈਮ ਤੋਂ, ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਦਿੱਕਤ ਹੁੰਦੀ ਹੈ ਉਰੇ। ਬੱਚੇ ਬਥੇਰੇ ਜਾਂਦੇ ਨੇ ਅੰਕਲ ਜੀ, ਮੋਸਟਲੀ ਰੂਟ ਸਾਰਿਆਂ ਦੇ ਹੀ ਹੈ। ਕਾਫੀ ਗਿਰੇ ਨੇ ਅੰਕਲ ਜੀ, ਸੱਟਾਂ ਵੱਜਦੀਆਂ ਨੇ। ਹਾਂਜੀ, ਵਰਦੀ ਵਗੈਰਾ ਵੀ ਲਿਬੜ ਦਿੰਦੇ, ਕਈ ਵਾਰ ਸਕੂਲ ਜਾਂਦੇ ਹੋਏ ਵੀ ਲਿਬੜ ਦਿੰਦੇ, ਜਿਸ ਕਾਰਨ ਸਰਕਾਰ ਕੁਛ ਨਹੀਂ ਕਰ ਰਹੀ ਜੀ। ਨਹੀਂ ਜੀ, ਮੰਗ ਤਾਂ ਇਹ ਵੀ ਰੋਡ ਵਧੀਆ ਬਣਾਇਆ ਜਾਵੇ ਤਾਂ ਕਿ ਮਤਲਬ ਕੋਈ ਦਿੱਕਤ ਨਾ ਹੋਵੇ ਸਕੂਲ 'ਚ ਜਾਣ 'ਚ। ਹਾਂਜੀ, ਸਾਈਕਲ 'ਤੇ ਆਉਣੇ ਇਸ ਕਰਕੇ ਮੇਰੇ ਹੱਥ 'ਚ ਫ੍ਰੈਕਚਰ ਹੋਏ ਸੀ, ਹੁਣ ਪਾਪਾ ਚੱਲ ਗਏ। ਕਈ ਟਾਈਮ ਹੋ ਗਿਆ ਜਦੋਂ ਪਹਿਲਾਂ ਮੀਂਹ ਪਿਆ ਸੀਗਾ। ਫ੍ਰੈਕਚਰ ਹੋਇਆ? ਹਾਂਜੀ।
ਸੁਖਵਿੰਦਰ ਸਿੰਘ ਜੀ, ਪਿੰਡ ਚਨਗਰਾ ਜੀ। ਇਹ ਰੋਡ ਹੈ, ਕੀ ਹਾਲਾਤ ਨੇ? ਇਹ ਚਨਗਰਾ ਰੋਡ ਵੱਜਦਾ ਜੀ, ਇਹ ਪਾਤਨਾ ਤੋਂ ਚਨਗਰਾ ਰੋਡ ਜੀ। ਇਹਦੇ ਹਾਲਾਤ ਕਾਫੀ ਲੰਬੇ ਸਮੇਂ ਤੋਂ ਖਰਾਬ ਨੇ ਤੇ MLA ਸਾਹਿਬ ਦੇ ਧਿਆਨ ਦੇ ਲਿਆਉਣ ਦੇ ਬਾਵਜੂਦ ਵੀ ਅਜੇ ਤੱਕ ਇਸ 'ਤੇ ਕਿਸੇ ਨੇ ਗੌਰ ਨਹੀਂ ਫਰਮਾਈ। ਪਹਿਲਾਂ ਐਕਸ ਐਮ ਸਾਹਿਬ ਸਨ, PWD ਦੇ ਸਰਦਾਰ ਜਗਮੀਤ ਸਿੰਘ ਜੀ, ਉਹਨਾਂ ਦੀ ਵੀ ਜਨਰਲ ਨੌਲੇਜ 'ਚ ਮੈਂ ਲਿਆਂਦਾ ਸੀ। ਹੁਣ ਪਰਸੋਂ ਚੌਥ ਦੀ ਮੇਰੀ ਗੱਲ, ਨਵੇਂ ਐਕਸ਼ਨ ਆਏ ਨੇ ਐਕਸ਼ਨ ਸਾਹਿਬ ਵੀਰ ਦਵਿੰਦਰ ਸਿੰਘ ਖਰੌੜ ਜੀ, PWD ਪਟਿਆਲਾ ਬੈਠਦੇ ਨੇ, ਉਹਨਾਂ ਨਾਲ ਵੀ ਗੱਲ ਹੋਈ ਹੈ, ਲੇਕਿਨ ਉਹਨਾਂ ਨੇ ਭਰੋਸਾ ਦਿੱਤਾ ਵੀ ਛੇਤੀ ਬਣ ਜੂਗੀ, ਪਰ ਸਾਨੂੰ ਅਜੇ ਹਾਲਾਤ ਲੱਗ ਨਹੀਂ ਰਹੇ ਵੀ ਇਹ ਛੇਤੀ ਬਣਦੇ, ਇਹਦੇ ਕੋਈ ਹਾਲਾਤ ਲੱਗ ਨਹੀਂ ਰਹੇ। ਬਰਸਾਤਾਂ ਦਾ ਮੌਸਮ ਸ਼ੁਰੂ ਹੋ ਗਿਆ? ਹਾਂਜੀ ਹਾਂਜੀ ਬਿਲਕੁਲ ਜੀ, ਬਰਸਾਤਾਂ ਦੇ ਮੌਸਮ ਕਰਕੇ ਇਹ ਜਿਹੜਾ ਹੋਇਆ ਬਰਸਾਤਾਂ ਮੌਸਮ ਕਰਕੇ ਜੀ ਹੋਇਆ ਜੀ, ਜੋ ਵੀ ਇਹ ਚੱਕਰ ਹੋਇਆ। ਕਾਰਨ ਜਿਹੜਾ ਇੱਥੇ ਲੰਘਦੇ ਨੇ ਬੱਚਿਆਂ ਦਾ ਸਮੱਸਿਆਵਾਂ ਬੱਚਿਆਂ ਬੱਚਿਆਂ ਦੀ ਸਮੱਸਿਆ ਕਰਕੇ ਜੀ, ਮੈਨੂੰ 2-3 ਸਾਲ ਹੋ ਗਏ ਜੀ ਇਸ ਪਿੱਛੇ ਪੈਣ ਵੀ ਕਿਸੇ ਦੇ ਬੱਚੇ ਦਾ ਜਾਨੀ ਨੁਕਸਾਨ ਨਾ ਹੋ ਜਾਵੇ, ਕਿਉਂਕਿ 3-3 ਫੁੱਟ ਪਾਣੀ ਖੜ ਜਾਂਦਾ ਜੀ। ਹੁਣ ਟੀਚਰ ਸਾਹਿਬਾਨ ਜਾ ਰਹੇ ਨੇ ਜੀ, ਇਹ ਮਾਡਲ ਸਕੂਲ ਹੈ, ਸਰਕਾਰੀ ਮਾਡਲ ਸਕੂਲ ਚਨਗਰਾ ਜੀ, ਉਹਨੂੰ ਜਾਂਦੀ ਸੜਕ? ਹਾਂਜੀ ਹਾਂਜੀ ਉਹਨੂੰ ਸੜਕ ਜਾਂਦੀ ਜੀ, ਅੱਗੇ ਕਈ ਪਿੰਡਾਂ ਨੂੰ ਜੋੜਦੀ ਜੀ। ਲੰਘਦੇ ਕਿਵੇਂ ਨੇ ਬੱਚੇ? ਬੱਚਿਆਂ ਤੁਹਾਡੇ ਹਾਲਾਤ ਸਾਹਮਣੇ, ਥੋੜ੍ਹੀ ਦੇਰ ਤੁਸੀਂ ਰੁਕੋ, ਬੱਚੇ ਆਉਣ ਵਾਲੇ ਨੇ, ਤੁਸੀਂ ਆਪੀ ਦੇਖ ਲਓ ਵੀ ਕਿੱਦਾਂ ਲੰਘ ਰਹੇ ਨੇ ਇੱਥੋਂ ਬੱਚੇ। ਬਹੁਤ ਔਖਾ ਲੰਘਣਾ? ਹਾਂਜੀ ਹਾਂਜੀ ਬਹੁਤ ਜ਼ਿਆਦਾ ਔਖਾ ਜੀ। ਵਰਦੀ ਵਗੈਰਾ? ਵਰਦੀਆਂ ਵੀ ਲਿਬੜਦੀਆਂ ਨੇ ਜੀ ਤੁਹਾਡੇ ਸਾਹਮਣੇ, ਹੁਣ ਲੰਘਣਗੇ ਦੇਖੋ ਤੁਸੀਂ ਕਿੱਦਾਂ ਲੰਘਦੇ ਨੇ ਜੀ। ਹੁਣ 5-10 ਮਿੰਟਾਂ 'ਚ ਬੱਚੇ, ਮੰਗ ਤਾਂ ਇਹੀ ਹੈ ਜੀ ਸਰਕਾਰ ਇਹਨੂੰ ਬਣਾਵੇ ਜਲਦ ਤੋਂ ਜਲਦ, ਵੀ ਜਾਨੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਜਾਵੇ। ਪੁਲ ਦੇ ਹਾਲਾਤ ਬਹੁਤ ਮਾੜਾ ਨੇ, ਬਾਕੀ ਰਹਿੰਦੀ ਖੁੰਦੀ ਕਸਰ ਜਿਹੜੇ ਸਾਈਡਾਂ ਵਾਲੇ ਕਿਸਾਨ ਨੇ ਉਹ ਕੱਢ ਰਹੇ ਨੇ ਜੀ, ਮਿੱਟੀ ਦੇ ਟਰਾਲੀਆਂ ਸੁੱਟ ਸੁੱਟ ਕੇ ਨੂੰ ਬਲਾਓ ਕੀਤਾ ਜਾ ਰਿਹਾ। ਦੇਖੋ ਜੀ ਆਹ ਪਾਤੜਾ ਤੱਕ ਦਾ ਪਾਣੀ ਓ ਪਾਣੀ ਹੈ ਜੀ, ਲੰਘ ਨਹੀਂ ਸਕਦਾ ਬੰਦਾ ਪੈਦਲ? ਨਹੀਂ 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 ਪੈਦਲ ਤਾਂ ਬਿਲਕੁਲ ਨਹੀਂ ਲੰਘ ਸਕਦਾ ਜੀ, ਔਰ ਤਾਂ ਮੋਟਰਸਾਈਕਲ ਵਾਲੇ ਡਿੱਗ ਜਾਂਦੇ ਨੇ, ਬੰਦ ਹੋ ਜਾਂਦੇ ਨੇ ਜੀ, ਬੁਰਾ ਹਾਲ ਹੈ ਜੀ। ਬੱਚਿਆਂ ਦੇ ਕੀ ਹਾਲਾਤ ਨੇ? ਬੱਚਿਆਂ ਦੇ ਵੀ ਬਹੁਤ ਮਾੜੇ ਹਾਲਾਤ ਨੇ, ਸਕੂਲ ਜਾਂਦੇ ਨੇ, ਸਕੂਲ ਜਾਂਦੇ ਹੋਏ ਡਰੈਸ ਖਰਾਬ ਹੋ ਜਾਂਦੀ ਜੀ, ਮੋਟਰਸਾਈਕਲ ਆਉਂਦੇ ਨੇ ਪਾਣੀ ਦੇ ਛਿੱਟੇ ਪੈਂਦੇ ਨੇ ਜੀ, ਇਸ ਕਰਕੇ ਉਹਨਾਂ ਨੂੰ ਮੰਨ ਕੇ ਚਲੋ ਬਹੁਤ ਪਰੇਸ਼ਾਨੀ ਆ ਰਹੀ ਹੈ ਜੀ। ਮੰਗ ਹੈ ਸਰਕਾਰ ਤੋਂ? ਸਰਕਾਰ ਤੋਂ ਇਹੀ ਮੰਗ ਹੈ ਕਿ ਇਹ ਰੋਡ ਵਧੀਆ ਬਣਾਇਆ ਜਾਵੇ ਜੀ, ਪੱਕਾ ਚੰਗੀ ਤਰ੍ਹਾਂ ਜੀ। ਕਿੰਨੇ ਕੁ ਲੋਕਾਂ ਦਾ ਆਉਣਾ ਜਾਣਾ? ਇੱਥੋਂ ਲਗਭਗ 5-7 ਪਿੰਡਾਂ ਦਾ ਆਉਣਾ ਜਾਣਾ ਜੀ। ਹਾਂਜੀ ਸੁਰਜੀਤ ਸਿੰਘ ਜੀ, ਕਿਹੜਾ ਪਿੰਡ ਹੈ? ਪਿੰਡ ਆ ਰਿਹਾ ਹੋਵੇ। ਕਿਹੜੀ ਰੋਡ ਹੈ ਇਹ? ਇਹ ਚਨਗਰਾ ਰੋਡ ਕਹਿੰਦੇ ਨੇ ਇਹਨੂੰ। ਹਾਲਾਤ ਕੀ ਨੇ ਇਹਦੇ? ਹਾਲਾਤ ਤੇ ਬਹੁਤ ਬਦਤਰ ਹੋਏ ਪਏ ਨੇ। ਲੰਘ ਸਕਦੇ ਸੀ ਇੱਥੇ? ਔਖਾ ਲੰਘਦਾ ਲੰਘਣਾ? ਬਸ ਲੰਘਣਾ ਪੈਂਦਾ, ਹੋਰ ਜਾਈਏ ਕਿੱਧਰ? ਪਰ ਲੰਘਣ ਦੀ ਕੋਈ ਹਾਲਾਤ ਕੋਈ ਨਹੀਂ ਲੰਘਣ ਵਾਲਾ। ਹਾਲਾਤ ਕੀ ਨੇ ਇਸ ਟਾਈਮ? ਹਾਲਾਤ ਤੇ ਬਹੁਤ ਬੁਰਾ ਹਾਲ ਹੋਇਆ ਪਿਆ, ਪਾਣੀ ਪਾਣੀ ਟੋਏ ਟੋਏ, ਹੋਰ ਕੁਛ ਵੀ ਨਹੀਂ ਹੈ ਇੱਥੇ। ਕਿੰਨੇ ਲੋਕ ਲੰਘਦੇ ਨੇ ਇੱਥੇ ਰੋਜ਼ਾਨਾ? ਇੱਥੇ ਤਾਂ ਕੋਈ ਹਜ਼ਾਰੇ ਹੀ ਬੰਦਾ ਲੰਘ ਜਾਂਦਾ ਹੋਣਾ। ਸਕੂਲ ਦੇ ਬੱਚੇ ਵੀ ਆਉਂਦੇ ਨੇ? ਸਕੂਲ ਦੇ ਬੱਚੇ ਆ, ਸਕੂਲ ਵੈਨ ਹੁਣ ਲੰਘ ਕੇ ਗਈਏ, ਸਕੂਲ ਦੀਆਂ ਬੱਸਾਂ ਬੜੀਆਂ ਆਉਂਦੀਆਂ ਨੇ। ਬੱਚਿਆਂ ਦੇ ਹਾਲਾਤ? ਬੱਚੇ ਤਾਂ ਹੁਣ ਬੱਚੇ ਕੀ ਪਾਏ, ਇਸ ਤਰ੍ਹਾਂ ਧੱਕਾ ਮੁੱਕੀ ਕਰ ਰਹੇ ਹਾਂ, ਹੋਰ ਕੀ ਕਰੀਏ। ਗਿਰ ਵੀ ਸਕਦੇ ਬੱਚੇ ਇੱਥੇ? ਗਿਰ ਵੀ ਸਕਦੇ ਬੱਚੇ, ਕੀ ਸਾਰੇ ਡਿੱਗ ਜਾਂਦੇ ਨੇ, ਕੋਈ ਰਸਤਾ ਲੱਭਣ ਨਹੀਂ। ਖੇਤ ਆਉਂਦੇ ਕਈ ਵਾਰ ਡਿੱਗਿਆ ਇੱਥੇ। ਕੀ ਮੰਗ ਹੈ ਸਰਕਾਰ ਤੋਂ? ਉਹ ਸਰਕਾਰ ਨੂੰ ਇਹਨੂੰ ਕੁਛ ਕਰ ਦੇਵੇ, ਹੋਰ ਤਾਂ ਕੁਛ ਨਹੀਂ ਮੰਗਦੇ, ਮਾੜਾ ਮੋਟਾ ਚੱਲਣ ਜੋਗਾ ਰਾਹ ਤਾਂ ਬਣਾ ਦੇ। ਇਹ ਚਨਗਰਾ ਰੋਡ ਹੈ ਜੀ ਇਹ? ਕਿਵੇਂ ਲੱਗਦੇ ਉੱਥੋਂ ਜੀ? ਬਸ ਮੁਸ਼ਕਿਲ ਹੀ ਲਾਈ, ਬੁਰਾ ਹੀ ਲਾਈ ਜੀ। ਪਾਣੀ ਕਿਹੜਾ ਇੱਥੇ? ਪਾਣੀ ਸਾਰਾ, ਕੋਈ ਵੀ ਹਾਸਾ ਵਾਪਰ ਸਕਦਾ ਜੀ, ਕੋਈ ਕਦੇ ਵੀ ਵੱਜ ਸਕਦੇ ਵਗੈਰਾ ਕੁਛ ਵੀ ਹੋ ਸਕਦਾ ਜੀ ਉਹਦੇ? ਬੱਚੇ ਲੈ ਕੇ ਜਾਂਦੇ ਬੱਚੇ? ਹਾਂਜੀ ਬੱਚੇ ਸਰਕਾਰੀ ਸਕੂਲ ਦੇ ਨੇ ਜੀ ਇਹ। ਸਰਕਾਰ ਵੱਲੋਂ ਵਾਰ ਵਾਰ ਕਹਿੰਦੇ ਸੜਕ ਬਣਾਉਣੀ ਹੈ, ਤੁਹਾਡੇ ਵੱਲ ਧਿਆਨ ਚਾਹੀਦਾ, ਕਿਸ ਤਰ੍ਹਾਂ ਮਸਲਾ ਜੀ? ਹਾਂਜੀ ਜਿਹੜੇ ਅਸੀਂ ਰੋਡ 'ਤੇ ਪਾਣੀ ਕਾਫੀ ਖੜ੍ਹਾ, ਉੱਥੇ ਲੋਕਾਂ ਨੂੰ ਮੁਸ਼ਕਿਲ ਤਾਂ ਆ ਰਹੀ ਹੈ ਅਤੇ PWD ਨੂੰ ਅਸੀਂ ਆਲਵੇਜ਼ ਹੀ ਆਲਰੇਡੀ ਇੰਟੀਮੇਟ ਕਰ ਚੁੱਕੇ ਹਾਂ। ਇਹ ਜਿਹੜੀ ਰੋਡਸ ਹੈਗੀਆਂ ਨੇ ਕੁਛ ਕੁ ਪਲੱਸ ਇਹ ਅਤੇ ਬਾਕੀ ਰੋਡ ਜਿਹੜੇ ਕੁਛ ਮੰਡੀ ਬੋਰਡ ਦੇ ਵੀ ਆਉਂਦੀਆਂ ਨੇ, ਸਾਰਿਆਂ ਬਾਰੇ ਸਾਡੀ ਮੀਟਿੰਗ ਇੱਕ ਵਾਰ ਹੋਈ ਸੀਗੀ ਅਤੇ ਅਸੀਂ ਜਲਦ ਤੋਂ ਜਲਦ ਇਹਨਾਂ ਦਾ ਜਿਹੜਾ ਵੀ ਪੈਚ ਵਰਕ ਆ ਐਂਡ ਜਿਹੜੀ ਵੀ ਸੜਕਾਂ ਨਵੀਆਂ ਬਣੀਆਂ ਨੇ ਉਹਨਾਂ 'ਤੇ ਅਸੀਂ ਧਿਆਨ ਦੇ ਕੇ ਕਰਾਵਾਂਗੇ ਉਹਨਾਂ ਨੂੰ। ਜਿਵੇਂ ਹੁਣ ਬੱਚੇ ਲੰਘਦੇ ਉੱਥੇ ਬੜੀ ਪਰੇਸ਼ਾਨੀ ਆ ਰਹੀ, ਕੋਈ ਵੱਡਾ ਹਾਦਸਾ ਵੀ ਹੋ ਸਕਦਾ ਇਹਦੇ ਵਿੱਚ? ਅਸੀਂ ਉੱਥੋਂ ਪਾਣੀ EO ਸਾਹਿਬ ਨੂੰ ਕਹਿ ਕੇ, ਪਾਣੀ ਜਾਂ BDPO ਸਾਹਿਬ ਨੂੰ ਕਹਿ ਕੇ ਇੱਕ ਵਾਰ ਪਾਣੀ ਕਢਵਾ ਦਿੰਦੇ ਹਾਂ ਆਪਣੇ ਜਿਹੜੇ ਸੈਕਸ਼ਨ ਪੰਪਸ ਵਗੈਰਾ ਲਗਾ ਕੇ। ਸਰ ਉੱਥੇ ਵੱਡੀ ਸਮੱਸਿਆ ਪਤਾ ਕੀ ਹੈ? ਜਿਹੜੇ ਨੈਚੁਰਲ ਫਲੋ ਆਫ ਵਾਟਰ ਨੂੰ ਕੋਈ ਨਹੀਂ ਰੋਕ ਸਕਦਾ ਜੀ, ਅਤੇ ਜੇਕਰ ਕੋਈ ਰੋਕਦਾ ਵਾ ਤਾਂ ਉਹਦੇ ਲਈ ਸਜ਼ਾ ਦਾ ਪ੍ਰਾਵਧਾਨ ਵੀ ਹੈ ਅਤੇ ਅਕੋਰਡਿੰਗਲੀ ਅਸੀਂ ਆਪਣਾ ਐਕਸ਼ਨ ਲਵਾਂਗੇ।